ਘਰ ਦੇ ਬਾਹਰ ਗੱਡੀ ਖੜੀ ਕਰਨ ਵਾਲੇ ਲੋਕ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣ, ਜਿੱਥੇ ਇੱਕ ਇਕੱਲੇ ਚੋਰ ਨੇ ਹੀ ਘਰ ਦੇ ਬਾਹਰ ਖੜੀ ਗੱਡੀ ਦਾ ਮਿੰਟਾਂ ਚ ਤਾਲਾ ਤੋੜਿਆ ਤੇ ਸਕਿੰਟਾਂ ਚ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਤੇ ਘਰਦਿਆਂ ਨੂੰ ਅਗਲੇ ਦਿਨ ਪਤਾ ਲੱਗਦਾ ਹੈ ਜਦੋਂ ਘਰੋਂ ਬਾਹਰ ਨਿਕਲਦੇ ਨੇ। ਦੇਰ ਰਾਤ ਇਸ ਚੋਰ ਦੇ ਵੱਲੋਂ ਇਕੱਲਿਆਂ ਹੀ ਆ ਕੇ ਬੜੇ ਆਰਾਮ ਨਾਲ ਗੱਡੀ ਚੋਰੀ ਕਰ ਲਈ ਜਾਂਦੀ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜੋ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਸ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਗਲੀ 'ਚ ਇਕੱਲਾ ਹੀ ਮੂੰਹ ਬੰਨ ਕੇ ਚੱਲਦਾ ਹੋਇਆ ਸ਼ਖਸ ਚੋਰ ਹੈ, ਜੋ ਕਿ ਇਹ ਨਿਗਾਹ ਰੱਖ ਰਿਹਾ ਹੈ ਕਿ ਸਾਹਮਣੇ ਖੜੀ ਕਾਰ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਹੈ। ਪਿੱਛੋਂ ਆਟੋ ਆ ਰਿਹਾ ਹੁੰਦਾ ਹੈ ਤਾਂ ਇਹ ਪਹਿਲਾਂ ਕਾਰ ਤੋਂ ਅੱਗੇ ਨਿਕਲ ਜਾਂਦਾ ਹੈ। ਜਿਵੇਂ ਹੀ ਆਟੋ ਉੱਥੋਂ ਮੁੜ ਜਾਂਦਾ ਹੈ ਤਾਂ ਇਹ ਚੋਰ ਵਾਪਸ ਗੱਡੀ ਦੇ ਕੋਲ ਆਉਂਦਾ ਹੈ, ਬੜੇ ਆਰਾਮ ਦੇ ਨਾਲ ਉਹਦਾ ਤਾਲਾ ਖੋਲਦਾ ਹੈ, ਵਿੱਚ ਬੈਠਦਾ ਹੈ, ਗੱਡੀ ਸਟਾਰਟ ਕਰਕੇ ਮਿੰਟਾਂ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਜਾਂਦਾ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਜਦੋਂ ਸਵੇਰੇ ਉਹ ਘਰੋਂ ਬਾਹਰ ਨਿਕਲਦੇ ਨੇ, ਉਹਨਾਂ ਦਾ ਬੇਟਾ ਪੇਪਰ ਦੇਣ ਲਈ ਦੂਜੀ ਗੱਡੀ ਦੇ ਵਿੱਚ ਬਾਹਰ ਨਿਕਲਦਾ ਹੈ ਤਾਂ ਉਦੋਂ ਉਹ ਦੇਖਦੇ ਨੇ ਕਿ ਬਾਹਰੋਂ ਗੱਡੀ ਗਾਇਬ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ। ਇਹ ਦੇਖ ਕੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਇੱਕ ਇਕੱਲਾ ਚੋਰ ਹੀ ਉਹਨਾਂ ਦੀ ਗੱਡੀ ਲੈ ਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਇਹ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਨੇ, ਜਿੱਥੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਘਰ ਦੇ ਬਾਹਰ ਖੜੀ ਗੱਡੀ ਇੱਕ ਇਕੱਲਾ ਚੋਰ ਲੈ ਕੇ ਰਫੂ ਚੱਕਰ ਹੋ ਗਿਆ ਤੇ ਘਰਦਿਆਂ ਨੂੰ ਕੰਨੋ ਕੰਨ ਖਬਰ ਨਹੀਂ ਹੋਈ। ਘਟਨਾ ਦਾ ਪਤਾ ਅਗਲੇ ਦਿਨ ਸਵੇਰੇ ਲੱਗਦਾ ਹੈ ਜਦੋਂ ਪਰਿਵਾਰਿਕ ਮੈਂਬਰ ਘਰ ਤੋਂ ਬਾਹਰ ਨਿਕਲਦੇ ਨੇ ਤੇ ਗੱਡੀ ਗਾਇਬ ਦੇਖਦੇ ਨੇ। ਫਿਲਹਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਤੇ ਨੱਥ ਪਾਈ ਜਾਏ ਅਤੇ ਉਹਨਾਂ ਦੀ ਕਾਰ ਵਾਪਸ ਲਿਆਂਦੀ ਜਾਏ। ਗੱਡੀ ਬਾਈ ਜੀ ਅੱਜ ਸਵੇਰੇ 3:12-13 ਦੇ ਕਰੀਬ 3:15 ਵਜੇ ਦੇ ਸੁਬਹਾ ਚੋਰੀ ਹੋਈ ਹੈ ਜੀ। ਗੱਡੀ ਈਕੋ ਸਪੋਰਟ ਫੋਰਡ ਗੱਡੀ ਸੀਗੀ ਜੀ, PB05AD09073 ਨੰਬਰ ਸੀਗਾ ਜੀ, ਸੁਰਮੇ ਰੰਗ ਦੀ ਗੱਡੀ ਸੀ। ਉਹ ਅੱਜ ਬੇਟੇ ਨੇ ਜਾਣਾ ਸੀਗਾ ਜੀ, ਪੇਪਰ ਸੀ ਹੁੰਦਾ ਅਤੇ ਬਾਹਰ ਸਵੇਰੇ ਲਾਈ ਕਿ ਇੱਥੋਂ ਚਲੋ ਲੈ ਜੂਗਾ, ਅਤੇ ਜਦੋਂ ਸਵੇਰੇ ਚਾਬੀ ਚੱਕੀ ਹੈ ਅਤੇ 8-9 ਵਜੇ ਉਹਨੇ ਪੇਪਰ ਸੀਗਾ, ਬਾਹਰ ਵੇਖਿਆ ਜਾ ਕੇ ਅਤੇ ਗੱਡੀ ਨਹੀਂ ਹੈਗੀ ਸੀ, ਅਤੇ ਫਿਰ ਸਾਹਮਣੇ ਕੈਮਰੇ ਵਿੱਚੋਂ ਆਪਾਂ ਸਾਰਾ ਦੇਖਿਆ ਅਤੇ ਉੱਥੋਂ ਪਤਾ ਲੱਗਾ ਕਿ ਸੁਬਹਾ ਇੱਕ ਨੌਜਵਾਨ ਆਇਆ, ਮੂੰਹ 'ਤੇ ਲਪੇਟਿਆ ਸੀ ਉਹਨੇ ਕੱਪੜਾ ਅਤੇ ਉਹ ਗੱਡੀ ਲੈ ਕੇ ਅਤੇ ਫਰਾਰ ਹੋ ਗਿਆ। ਨਹੀਂ ਹਾਲੇ ਤਾਂ ਚਲੋ ਅਸੀਂ ਆਪਣੇ ਤੌਰ 'ਤੇ ਸਾਰੇ ਕੈਮਰੇ ਕੂਮਰੇ ਚੈੱਕ ਕਰਦੇ ਪਏ ਹਾਂ, ਦਰਖਾਸਤ ਦੇਣ ਚੱਲੇ ਹਾਂ ਅਤੇ ਪਹਿਲਾਂ ਵੇਖਿਆ ਕਿ ਕੌਣ ਹੈ, ਆਪਣੇ ਵੱਲੋਂ ਵੀ ਥੋੜ੍ਹੀ ਛਾਣਬੀਣ ਕੀਤੀ ਆ, ਤਾਂ 3-4 ਘੰਟੇ ਹੋ ਗਏ ਹੁਣ ਤੁਰੇ ਤਰੇ ਫਿਰਦੇ ਹਾਂ, ਪਰ ਹੁਣ ਦਰਖਾਸਤ ਦੇਣ ਚੱਲੇ, ਉੱਥੇ ਵੇਖਦੇ ਹਾਂ ਜੀ ਪੁਲਿਸ ਕੀ ਕਾਰਵਾਈ ਕਰਦੀ ਆ ਆਪਣੇ। ਘਟਨਾਵਾਂ ਤਾਂ ਗੁੰਡਾ ਰਾਜ ਹੀ ਆ ਜੀ, ਇਹ ਪੁਲਿਸ ਨੂੰ ਆਪਾਂ ਕੀ ਕਹੀਏ, ਪੁਲਿਸ ਨੂੰ ਆਪ ਨੂੰ ਸ਼ਰਮ ਚਾਹੀਦੀ ਮਾੜੀ ਮੋਟੀ, ਅਤੇ ਇਹ ਆ ਕਿ ਬਦਤਰ ਹਾਲਾਤ ਜਿਹੜੇ ਹੋ ਰਹੇ ਨੇ, ਲੁੱਟਾਂ ਖੋਹਾਂ ਡਕੈਤੀਆਂ ਘਰਾਂ ਦੇ ਵਿੱਚ ਵੜ ਵੜ ਕੇ ਲੋਕਾਂ ਦਾ ਬੁਰਾ ਹਾਲ ਆ। ਆਪਣੇ ਪਹਿਲਾਂ ਵੀ ਤੁਹਾਨੂੰ ਪਤਾ ਪੈਸੇ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਫਾਦਰ ਸਾਹਿਬ ਦੇ ਪੈਸੇ ਵੀ ਪਰਸ ਦੇ ਵਿੱਚੋਂ ਸਣੇ ਖੀਸਾ ਪੱਟ ਕੇ ਲੈ ਗਏ ਸੀ। ਇਹ ਬਹੁਤ ਜ਼ਿਆਦਾ ਮੰਦੀ ਹਾਲਾਤ ਨੇ ਇੱਥੋਂ ਸਾਡੇ ਫਿਰੋਜ਼ਪੁਰ ਦੇ ਖਾਸ ਕਰਕੇ। ਮੰਗ ਇਹੀ ਹੈ ਕਿ ਜਲਦੀ ਤੋਂ ਜਲਦੀ ਇਹ ਚੀਜ਼ਾਂ 'ਤੇ ਠੱਲ ਪਾਉਣੀ ਚਾਹੀਦੀ ਹੈ ਜੀ। ਜੇ ਆਮ ਬੰਦੇ ਦੀ ਆਪਾਂ ਗੱਲ ਕਰਦੇ ਹਾਂ ਕੋਈ 2-4 ਲੱਖ ਰੁਪਈਆ ਕਮਾਉਣਾ ਹੋਵੇ, ਤਾਂ ਮੈਨੂੰ ਲੱਗਦਾ ਅੱਜ ਕੱਲ੍ਹ ਜਿਹੋ ਜਿਹੀ ਮਹਿੰਗਾਈ ਹੈ, ਸਾਰੀ ਉਮਰ ਲੰਘ ਜਾਏਗੀ 5-4 ਲੱਖ ਰੁਪਈਆ ਕਮਾਉਣ ਵਾਸਤੇ, ਅਤੇ ਇਹ ਜਿਹੜੇ ਚੋਰ ਨੇ ਤਾਂ 2 ਮਿੰਟ ਲਾਉਂਦੇ ਨੇ, ਗੱਡੀ ਮੋਟਰਸਾਈਕਲ ਜੋ ਵੀ ਮਿਲ ਜੇ, ਇਹ ਸਾਰਾ ਕੁਝ ਜੋ ਵੀ ਹੋ ਰਿਹਾ, ਚਲੋ ਮੈਂ ਕਹਿੰਦਾ ਕਿ ਚਿੱਟੇ ਦੀ ਦੇਣ ਹੈ, ਅਤੇ ਚਿੱਟੇ ਦੇ ਕਰਕੇ ਇਹ ਚਿੱਟਾ ਹੀ ਇਹਦਾ ਜਨਮਦਾਤਾ, ਚੋਰੀਆਂ ਲੁੱਟਾਂ ਖੋਹਾਂ। ਜਿੰਨੀ ਦੇਰ ਚਿੱਟੇ 'ਤੇ ਠੱਲ ਨਹੀਂ ਪਾਉਂਦੀ ਪੰਜਾਬ ਪੁਲਿਸ, ਉੱਨੀ ਦੇਰ ਇਹ ਚੋਰੀਆਂ ਲੁੱਟਾਂ ਖੋਹਾਂ 'ਤੇ ਠੱਲ ਨਹੀਂ ਪੈਣੀ ਜੀ। ਰਾਤੀ ਗੱਡੀ ਆਪਣੀ ਬਾਹਰ ਆਪਣੇ ਲੱਗੀ ਹੋਈ ਸੀ ਗੇਟ ਦੇ ਬਾਹਰ ਹੀ, ਅਤੇ ਬੇਟਾ ਸੁਬਹਾ ਜਦੋਂ ਪੇਪਰ ਦੇਣ ਗਿਆ
ਚੱਲਾ ਸੀ ਬਾਹਰ, ਉਹਨੇ ਗੱਡੀ ਆਪਣੀ ਦੂਸਰੀ ਗੱਡੀ ਕੱਢੀ ਅੰਦਰੋਂ ਅਤੇ ਦੇਖਿਆ ਤਾਂ ਆਪਣੀ ਗੱਡੀ ਬਾਹਰ ਹੈ ਨਹੀਂ ਸੀ। ਅਤੇ ਫਿਰ ਅਸੀਂ ਉਸ ਇਮੀਡੀਏਟਲੀ CCTV ਕੈਮਰੇ ਤੋਂ ਫੁਟੇਜ ਕਢਵਾਈ ਅਤੇ ਉਹਦੇ 'ਚ ਪਤਾ ਲੱਗਾ ਕਿ ਇੱਕ ਅਨਨੋਨ ਪਰਸਨ ਜਿਹਨੇ ਮੂੰਹ ਬੰਨਿਆ ਹੋਇਆ ਸੀਗਾ ਅਤੇ ਉਹ 3:16 'ਤੇ ਆਇਆ ਅਤੇ ਗੱਡੀ ਦਾ ਉਹਨੇ ਲੋਕ ਖੋਲ੍ਹਿਆ ਅਤੇ ਗੱਡੀ ਲੈ ਕੇ ਚਲਾ ਗਿਆ। ਇਹ 4th ਚਾਂਸ ਹੋ ਚੁੱਕਾ ਸਾਡੇ ਨਾਲ। ਪਹਿਲੇ ਸਾਡੀ ਬਾਈਕ ਸਾਡੇ ਘਰ ਦੇ ਅੱਗੋਂ ਚੁੱਕੀ ਗਈ, ਫਿਰ ਮੇਰੇ ਮਦਰ ਇਨ ਲੋਅ ਦਾ ਜਿਹੜਾ ਪਰਸ ਸੀ ਨਾਲ ਵਿੱਚ ਮੋਬਾਈਲ ਸੀ ਕੈਸ਼ ਸੀ ਉਹ ਵੀ ਲੈ ਕੇ ਚਲੇ ਗਏ, ਘਰ ਦੇ ਬਾਹਰੋਂ ਖੋਇਆ ਗਿਆ, ਸਨੈਚਿੰਗ ਕੀਤੀ ਗਈ। ਫਿਰ ਉਸ ਤੋਂ ਬਾਅਦ ਮੇਰੇ ਫਾਦਰ ਇਨ ਲੋਅ ਦੀ ਪੋਕਿਟ ਨਾ ਉਹਨਾਂ ਨੇ ਕੱਟ ਲਈ ਦਿਨ ਦਿਹਾੜੇ, ਇੱਥੋਂ ਆ ਰਹੇ ਸੀ ਘਰ ਵਾਪਸ, ਦੁਪਹਿਰ ਦਾ ਟਾਈਮ ਸੀਗਾ। ਅਤੇ 4th ਚਾਂਸ ਇਹ ਸਾਡੇ ਨਾਲ ਹੋਇਆ ਕਿ ਸਾਡੀ ਗੱਡੀ ਘਰ ਦੇ ਬਾਹਰੋਂ ਹੀ ਚੁੱਕੀ ਗਈ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਪਲੀਜ਼ ਇਸ ਚੀਜ਼ ਵੱਲ ਥੋੜ੍ਹਾ ਧਿਆਨ ਦੇਣ ਕਿ ਆਮ ਪਬਲਿਕ ਨੂੰ ਬਹੁਤ ਮੁਸ਼ਕਿਲ ਹੈ, ਅੱਜ ਕੱਲ੍ਹ ਹਰ ਕਿਸੇ ਦਾ ਗੁਜ਼ਾਰਾ ਬੜੀ ਮੁਸ਼ਕਿਲ ਹੁੰਦਾ ਹੈ, ਅਤੇ ਚਾਹੀਦਾ ਉਹਨਾਂ ਨੂੰ ਕਿ ਥੋੜ੍ਹੀ ਜਿਹੀ ਸਖਤੀ ਕੀਤੀ ਜਾਵੇ ਇਸ ਚੀਜ਼ ਵੱਲ ਅਤੇ ਆਮ ਲੋਕਾਂ ਦੀ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ। ਇਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਹੈ ਸਾਡੀ।